ਸਤ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ एग्जाम ਜਵਾਬ ਦੇ ਵਿੱਚ ਤੇ ਦੋਸਤੋ ਵੀਡੀਓ ਦੇ ਵਿੱਚ ਗੱਲ ਕਰਾਂਗੇ ETT एग्जाम ਦੇ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ETT ਦਾ ਜੋ एग्जाम ਹੈ 28 ਜੁਲਾਈ ਨੂੰ ਲਿਆ ਗਿਆ ਸੀ ਤੇ ਇਸ ਦਾ ਜੋ ਆਨਸਰ ਕੀ ਹੈ ਉਹ ਆਊਟ ਕਰ ਦਿੱਤੀ ਗਈ ਹੈ ਡਿਪਾਰਟਮੈਂਟ ਦੇ ਵੱਲੋਂ ਤੇ ਜੇਕਰ ਤੁਸੀਂ ਹਾਲੇ ਤੱਕ ਵੀ ਆਨਸਰ ਕੀ ਨਹੀਂ ਚੈੱਕ ਕੀਤੀ ਜਾਂ ਕਿਵੇਂ ਚੈੱਕ ਕਰਨੀ ਹੈ ਅਤੇ ਇਸ ਆਨਸਰ ਕੀ ਦੇ ਵਿੱਚ ਤੁਹਾਨੂੰ ਕੋਈ ਕੁਐਸਚਨ ਦੇ ਉੱਤੇ ਓਬਜੈਕਸ਼ਨ ਕਰਨਾ ਹੈ ਉਹ ਕਿਵੇਂ ਕਰਨਾ ਹੈ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਜਾਵੇਗਾ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਨਵੇਂ ਹੋ ਇਸ ਚੈਨਲ ਦੇ ਉੱਤੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਤੇ ਵੀ ਚਲਦੇ ਹਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿਵੇਂ ਕਿ ਤੁਸੀਂ ਇਸ ਨੋਟੀਫਿਕੇਸ਼ਨ ਨੂੰ ਦੇਖ ਰਹੇ ਹੋ ਸਕੂਲ ਸਿੱਖਿਆ ਵਿਭਾਗ ਅਦਿਨ 5994 ईटीटी ਕਾਡਰ ਦੀਆਂ ਪੋਸਟਾਂ ਦਾ ਵਿਗਿਆਪਨ ਮਿਤੀ 12 10 2022 ਨੂੰ ਦਿੱਤਾ ਗਿਆ ਸੀ ਤੇ ਵਿਗਿਆਪਨ ਦੀ ਸ਼ਰਤਾਂ ਅਨੁਸਾਰ ਇਹਨਾਂ ਸਮੇਂ ਦਾ ਲਿਖਤੀ ਟੈਸਟ 28 ਜੁਲਾਈ ਨੂੰ ਲਿਆ ਗਿਆ ਹੈ ਤੇ ਲਿਖਤੀ ਟੈਸਟ ਨਾਲ ਸੰਬੰਧਿਤ ਉੱਤਰ ਕੁੰਜੀ ਆਨਸਰ ਕੀ ਜੋ ਹੈ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਹੈ ਤੇ ਆਨਸਰ ਕੀ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਈ ਕੈਂਡੀਡੇਟ ਦੇ ਜੋ ਫੋਨ ਦੇ ਵਿੱਚ ਆਨਸਰ ਕੀ ਨਹੀਂ ਚੈੱਕ ਹੋ ਰਹੀ ਹੋਵੇਗੀ ਕਿਉਂਕਿ ਇਹ ਐਕਸਲ ਫਾਈਲ ਹੈ ਜੋ ਇਹਨਾਂ ਨੇ ਅਪਲੋਡ ਕੀਤੀ ਹੈ ਤੁਹਾਨੂੰ पीडीएफ फाइल ਹੈ ਜੋ एग्जाम जॉब ऑफिशियल ਜੋ ਚੈਨਲ ਹੈ ਟੈਲੀਗ੍ਰam ਦਾ ਉਸ ਦੇ ਉੱਤੇ ਤੁਹਾਨੂੰ ਮਿਲ ਜਾਵੇਗੀ ਤੁਸੀਂ ਉੱਥੇ ਇਸ ਨੂੰ ਚੈੱਕ ਕਰਕੇ ਜੋ ਆਪਣੀ ਆਨਸਰ ਕੀ ਨੂੰ ਦੇਖ ਸਕਦੇ ਹੋ ਜੇਕਰ ਕਿਸੇ ਉਮੀਦਵਾਰ ਨੂੰ ਉਤਰ ਕੁੰਜੀ ਨਾਲ ਸੰਬੰਧਿਤ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣੀ ਲੌਗਇਨ ਆਈਡੀ ਤੋਂ ਇਸ ਸੰਬੰਧੀ 50 ਰੁਪਏ ਦੀ ਫੀਸ ਪ੍ਰਤੀ ਇਤਰਾਜ਼ ਆਨਲਾਈਨ ਜਮ੍ਹਾਂ ਕਰਵਾਉਂਦੇ ਹੋਏ ਇਸ ਦਫ਼ਤਰ ਵੱਲੋਂ ਜਾਰੀ ਨਿਰਧਾਰਿਤ ਪਰਫਾਰਮੇ ਵਿੱਚ ਇਤਰਾਜ਼ ਆਪਣੀ ਆਈਡੀ ਤੋਂ ਹੀ ਲੌਗਇਨ ਕਰਕੇ ਮਿਤੀ 4/8/2024 ਨੂੰ ਸਮਾਂ ਸ਼ਾਮ ਦੇ 5 ਵਜੇ ਤੱਕ ਸਬਮਿਟ ਕਰਵਾ ਸਕਦੇ ਹਨ ਯਾਨੀ ਕਿ ਜੇਕਰ ਤੁਹਾਨੂੰ ਕੋਈ ਵੀ ਆਬਜੈਕਸ਼ਨ ਨਜ਼ਰ ਆਉਂਦਾ ਹੈ ਕਿਸੇ ਕੁਐਸਚਨ ਦੇ ਉੱਤੇ ਤਾਂ ਤੁਸੀਂ ਆਪਣੀ ਲੌਗਇਨ ਆਈਡੀ ਨੂੰ ਲੌਗਇਨ ਕਰਨਾ ਹੈ ਅਤੇ ਉਸ ਕੁਐਸਚਨ ਦੇ ਉੱਤੇ ਜਾ ਕੇ ਉਸ ਉੱਤੇ ਆਬਜੈਕਸ਼ਨ ਕਰਨਾ ਹੈ ਤੇ 50 ਰੁਪਏ ਇੱਕ ਆਬਜੈਕਸ਼ਨ ਦੇ ਤੁਹਾਡੇ ਲੱਗਨੇ ਹਨ ਅਤੇ ਅਤੇ ਇਸ ਦਾ ਜੋ ਕੋਈ ਵੀ ਪਰਫਾਰਮਰ ਹੋਵੇਗਾ ਉਹ ਆਈਡੀ ਤੋਂ ਹੀ ਆਨਲਾਈਨ ਲੌਗਇਨ ਕਰਕੇ ਜੋ ਤੁਸੀਂ ਇਸ ਨੂੰ ਸਬਮਿਟ ਕਰ ਦੇਣਾ ਹੈ ਆਨਲਾਈਨ ਇਤਰਾਜ਼ ਸਬਮਿਟ ਕਰਨ ਤੋਂ ਬਾਅਦ ਯਾਨੀ ਕਿ ਤੁਸੀਂ ਸਬਮਿਟ ਕਰਨ ਤੋਂ ਬਾਅਦ ਇੱਕ ਰੈਫਰੈਂਸ ਨੰਬਰ ਜਨਰੇਟ ਹੋਵੇਗਾ ਤੇ ਸਬੰਧਿਤ ਉਮੀਦਵਾਰ ਜਨਰੇਟ ਹੋਏ ਰੈਫਰੈਂਸ ਨੰਬਰ ਨੂੰ ਨੋਟ ਕਰਨਗੇ ਅਤੇ ਵਿਭਾਗ ਦੀ ਈਮੇਲ ਆਈਡੀ ਯਾਨੀ ਕਿ ਜਿਹੜਾ ਰੈਫਰੈਂਸ ਨੰਬਰ ਜੋ ਇਹਨਾਂ ਵੱਲੋਂ ਜਾਰੀ ਹੋਣਾ ਹੈ ਉਹ ਤੁਸੀਂ ਵਿਭਾਗ ਦੀ ਈਮੇਲ ਆਈਡੀ ਯਾਨੀ ਕਿ ਜੋ ਈਮੇਲ ਆਈਡੀ ਇੱਥੇ ਹੈ ਤੁਸੀਂ ਆਪਣੇ ਜੋ ਨੰਬਰਾਂ ਅਤੇ ਆਪਣੇ ਨਾਮ ਰਜਿਸਟ੍ਰੇਸ਼ਨ ਅਤੇ ਰੋਲ ਨੰਬਰ ਦਾ ਵੇਰਵਾ ਦਿੰਦੇ ਹੋਏ ਤੁਸੀਂ ਇਸ ਉੱਤੇ ਤੁਸੀਂ ਈਮੇਲ ਕਰ ਦੇਣੀ ਹੈ ਤੇ ਇਹ ਈਮੇਲ ਜੋ ਤੁਹਾਨੂੰ ਕਰਨੀ ਹੈ ਜੋ 4 8 2024 ਤੋਂ ਪਹਿਲਾਂ ਪਹਿਲਾਂ ਇਸ ਨੂੰ ਤੁਸੀਂ ਸਬਮਿਟ ਕਰਵਾ ਦੇਣਾ ਹੈ ਤੇ ਅੱਗੇ ਚੱਲਦੇ ਹਾਂ ਇਸ ਦੀ ਜੋ ਆਨਸਰ ਕੀ ਹੈ ਤੁਸੀਂ ਕਿਵੇਂ ਚੈੱਕ ਕਰਨੀ ਹੈ ਤੇ ਦੋਸਤੋ ਇੱਥੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਜੋ ਆਨਸਰ ਕੀ ਹੈ ਉਸ ਦਾ ਜੋ ਪੀਡੀਐਫ ਹੈ ਫਾਈਲ ਹੈ ਉਹ ਇੱਥੇ ਆ ਚੁੱਕਿਆ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਭਾਗ ਪਹਿਲਾ ਵਿਆਕਰਨ ਅਤੇ ਭਾਗ ਦੂਜਾ ਪੰਜਾਬੀ ਸਾਹਿਤ ਤੇ ਆਪਣੀ ਆਨਸਰ ਕੀ ਨੂੰ ਤੁਸੀਂ ਕਿਵੇਂ ਚੈੱਕ ਕਰਨਾ ਹੈ ਜਿਵੇਂ ਕਿ ਉੱਪਰ ਸੈਟ ਦਿੱਤੇ ਗਏ ਹਨ ए बी सी डी ਤੇ ਲਾਸਟ ਦੇ ਵਿੱਚ ਜੋ ਆਨਸਰ ਕੀ ਹੈ ਉਹ ਤੁਸੀਂ ਇੱਥੇ ਦੇਖ ਸਕਦੇ ਹੋ ਜਿਵੇਂ ਕਿ ਇਹ ਜੋ ਪੇਪਰ ए ਹੈ ਇਸ ਦਾ ਕੁਐਸਚਨ ਨੰਬਰ ਦਾ ਇਹ ਜੋ ਇੱਕ ਕੁਐਸਚਨ ਹੈ ਉਸਦਾ ਆਨਸਰ ਡੀ ਸਹੀ ਹੈ ਇਸ ਤਰ੍ਹਾਂ ਪੇਪਰ ਬੀ ਦਾ ਪੇਪਰ ਸੀ ਦਾ ਪੇਪਰ ਡੀ ਦਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਵੀ ਤੁਹਾਨੂੰ ਸੈੱਟ ਆਇਆ ਹੋਵੇਗਾ ਉਸ ਸੈੱਟ ਦੇ ਮੁਤਾਬਿਕ ਤੁਸੀਂ ਆਪਣੀ ਆਨਸਰ ਕੀ ਨੂੰ ਉੱਥੇ ਮੈਚ ਕਰਨਾ ਹੈ ਤੇ ਸੈਕਿੰਡ ਨੰਬਰ ਤੇ ਹੈ ਤੁਹਾਡਾ ਪੰਜਾਬੀ ਸਾਹਿਤ ਇੱਥੇ ਵੀ ਜੋ ਕੁਐਸਚਨ ਹਨ ਇਸ ਨੂੰ ਸਹੀ ਤਰੀਕੇ ਨਾਲ ਤੁਸੀਂ ਮੈਚ ਕਰਕੇ ਆਪਣੀ ਆਨਸਰ ਕੀ ਨੂੰ ਮਿਲਾਨਾ ਹੈ ਅਤੇ ਆਪਣੇ ਨੰਬਰ ਨੂੰ ਤੁਸੀਂ ਕਾਊਂਟ ਕਰਨਾ ਹੈ ਤੇ ਦੋਸਤੋ ਇਸ ਤਰ੍ਹਾਂ ਤੁਸੀਂ ਇਸ ਸਾਰੀ ਆਨਸਰ ਕੀ ਨੂੰ ਚੈੱਕ ਕਰ ਸਕਦੇ ਹੋ ਤੇ ਇਸ ਦਾ ਪੀਡੀਐਫ ਦਾ ਤੁਹਾਨੂੰ ਲਿੰਕ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜਾਵੇਗਾ ਤੁਸੀਂ ਦੋਸਤ ਨੂੰ ਜੋਇਨ ਕਰ ਸਕਦੇ ਹੋ ਤੇ ਦੋਸਤੋ ਆਈ ਹੋਪ ਵੀਡੀਓ ਵਧੀਆ ਲੱਗੀ ਹੋਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਤੇ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਜੈਨ ਜਵਾ